ਰਜਿੰਦਰਾ ਹਸਪਤਾਲ ਵਿੱਚ ਓਬਰਾਏ ਵੱਲੋਂ ਐਮਰਜੈਂਸੀ ਵਾਰਡ ਦੇ ਰੈਂਪ ਦਾ ਕਰਵਾਇਆ ਗਿਆ ਪੁਨਰ ਨਿਰਮਾਣ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਮਰਜੈਂਸੀ ਵਾਰਡ ਦੇ ਰੈਂਪ ਦਾ ਪੁਨਰ ਨਿਰਮਾਣ ਕਰਵਾਇਆ ਗਿਆ। ਇਸ ਰੈਂਪ ਦਾ ਉਦਘਾਟਨ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ SP ਓਬਰਾਏ ਅਤੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਕੀਤਾ ਗਿਆ। ਇਸ ਮੌਕੇ ਮੇਅਰ ਬਿੱਟੂ ਨੇ SB ਓਬਰਾਏ ਦੇ ਯਤਨਾਂ ਦੀ ਤਾਰੀਫ ਕਰਦਿਆਂ ਕਿਹਾ, ਇੱਕ ਅੱਜ ਦੇ ਸਾਡੇ ਸਮਾਜ ਨੂੰ ਇੱਕ ਬੜੀ ਵੱਡੀ ਇਹ ਇੱਕ ਸੇਧ ਦਿੱਤੀ ਹੈ ਓਬਰਾਏ ਸਾਹਿਬ ਨੇ, ਕਿਉਂਕਿ ਅੱਜ ਅਸੀਂ ਕਿਸੇ ਵੀ ਲਿਹਾਜ਼ ਦੇ ਨਾਲ, ਚਾਹੇ ਅਸੀਂ ਆਪਣੇ ਸਰਕਾਰ ਦੇ ਖਰਚਿਆਂ ਦੀ ਗੱਲ ਕਰੀਏ, ਚਾਹੇ ਅਸੀਂ ਆਪਣੇ ਦੇਸ਼ ਦੇ ਵਿੱਚ ਜੋ ਸਾਡੀ ਅੱਜ ਪਾਪੂਲੇਸ਼ਨ ਦੀ ਗੱਲ ਹੈ, ਜੋ ਜ਼ਿੰਮੇਵਾਰੀ ਅੱਜ ਸਮਾਜ ਦੇ ਉਹਨਾਂ ਵਿਅਕਤੀਆਂ ਨੇ, ਉੱਚੇ ਹੋਣ ਦਾ ਜਿਹੜਾ ਮਾਣ ਹੈ ਉਹ ਸਹੀ ਮਾਇਨੇ 'ਚ ਅੱਜ ਉਹਨਾਂ ਨੂੰ ਪ੍ਰਾਪਤ ਹੁੰਦਾ, ਜਦੋਂ ਉਹ ਆਪਣੀ ਉਸ ਚੀਜ਼ ਨੂੰ ਜਨਤਾ ਤੱਕ ਜਿਹਦੀ ਜ਼ਰੂਰਤ ਆ ਉੱਥੇ ਤੱਕ ਪਹੁੰਚਾਇਆ। ਇਹਨਾਂ ਨੇ ਉਹ ਜ਼ਿੰਮੇਵਾਰੀ ਚੱਕੀ ਹੈ ਜਿਹੜੀ ਜ਼ਿੰਮੇਵਾਰੀਆਂ ਸਰਕਾਰ ਨੂੰ ਚੱਕਣੀਆਂ ਚਾਹੀਦੀਆਂ ਹਨ, ਪਰ ਕਿਤੇ ਨਾ ਕਿਤੇ ਅਸੀਂ ਅੱਜ ਇਹ ਦੇਖਦੇ ਹਾਂ ਕਿ ਹਰ ਚੀਜ਼ ਦੀ ਜਿਹੜੀ ਘਾਟ ਪੈਂਦੀ ਜਾ ਰਹੀ ਹੈ, ਉਹਦੇ ਵਿੱਚ ਸਰਕਾਰ ਵੀ ਜਿੱਥੇ ਕਿਤੇ ਆ ਕੇ ਅਸਮਰੱਥ ਹੋ ਜਾਂਦੇ ਹਨ, ਉੱਥੇ ਸਮਾਜ ਦੇ ਇਹਨਾਂ ਵਿਅਕਤੀਆਂ ਨੇ ਅੱਜ ਮੂਹਰੇ ਹੋ ਕੇ ਉਹ ਕੰਮ ਕੀਤਾ ਕਿ ਜਿਹੜਾ ਕੰਮ ਸਾਨੂੰ ਸਮਾਜ ਦੇ ਹਰੇਕ ਵਿਅਕਤੀ ਨੂੰ, ਜਿਹਦੇ ਕੋਲ ਕੁਛ ਵੀ ਸੰਪਨ ਲੋਕ ਹਨ ਉਹ ਜਦ ਤੱਕ ਅੱਗੇ ਆ ਕੇ ਨਹੀਂ ਕਰਨਗੇ, ਉਹਦੇ ਵਾਸਤੇ ਇੱਕ ਉਦਾਹਰਣ ਪੇਸ਼ ਕੀਤੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਓਬਰਾਏ ਸਾਹਿਬ ਦਾ, ਉਹਨਾਂ ਦੀ ਸੋਚ ਦਾ, ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਪੁੰਨ ਦਾਨ ਕਰਦੇ ਹਨ, ਧਾਰਮਿਕ ਸਥਾਨਾਂ 'ਤੇ ਜਾ ਕੇ ਉੱਥੇ ਮੱਥਾ ਵੀ ਟੇਕਦੇ ਹਨ, ਪੈਸਾ ਵੀ ਲਗਾਉਂਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੂੰ ਮੋਕਸ਼ ਪ੍ਰਾਪਤ ਹੋਵੇ, ਸਵਰਗ ਦੀ ਪ੍ਰਾਪਤੀ ਹੋਵੇ। ਪਰ ਓਬਰਾਏ ਸਾਹਿਬ ਵਰਗੇ ਵਿਅਕਤੀ ਉਹ ਹਨ ਜਿਹੜੇ ਇਸ ਧਰਤੀ ਨੂੰ ਹੀ ਸਵਰਗ ਬਣਾਉਣ ਵਾਸਤੇ ਕੰਮ ਕਰ ਰਹੇ ਹਨ। ਮੈਂ ਅਤੇ ਸਾਡਾ ਸਾਰਾ ਸਮਾਜ, ਸਾਡਾ ਸ਼ਹਿਰ ਓਬਰਾਏ ਸਾਹਿਬ ਦਾ, ਇਹਨਾਂ ਦੀ ਜਿਹੜੀ ਸਰਬੱਤ ਦਾ ਭਲਾ ਟਰੱਸਟ ਹੈ, ਇਹਨਾਂ ਦੇ ਅਸੀਂ ਰਿਣੀ ਹਾਂ, ਅਤੇ ਨਾਲ ਹੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਸਮਾਜ ਦੇ ਵਿੱਚ ਜਿਹੜੀ ਜਾਗਰੂਕਤਾ ਲਿਆ ਰਹੇ ਹਨ ਉਹਦੇ ਵਾਸਤੇ ਵੀ ਇਹਨਾਂ ਨੇ ਇੱਕ ਬਹੁਤ ਵੱਡੇ, ਜਿਹੜੇ ਪਹਿਲਾਂ ਵੀ ਕੰਮ ਕੀਤੇ ਹਨ ਸਾਡੇ ਸਮਾਜ ਵਾਸਤੇ, ਦੇਸ਼ ਵਾਸਤੇ, ਅਤੇ ਆਉਣ ਵਾਲੇ ਸਮੇਂ 'ਚ ਪਰਮਾਤਮਾ ਇਹਨਾਂ ਨੂੰ ਹੋਰ ਤਾਕਤ ਦੇਵੇ, ਸ਼ਕਤੀ ਦੇਵੇ। ਪਟਿਆਲਾ ਤੋਂ ਅਜੀਤ ਵੈੱਬ TV ਲਈ ਅਮਨਦੀਪ ਸਿੰਘ ਦੀ ਰਿਪੋਰਟ।